हेलो स्टूडेंट्स, वेलकम टू केमिस्ट्री एंड आज तो बेटे अपना टॉपिक है कि डी ब्लॉक एलिमेंट्स ਦੇ ਵਿੱਚੋਂ ਜਦੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਆਪਾਂ ਉਹਨੂੰ ਬਹੁਤ ਹੀ ਆਸਾਨ ਟ੍ਰਿਕ ਦੇ ਨਾਲ ਕਿਵੇਂ ਸੋਲਵ ਕਰ ਸਕਦੇ ਹਾਂ। ਸਪੈਸ਼ਲੀ ਜੇ ਕੁਐਸਚਨ ਪੁੱਛਿਆ ਜਾਂਦਾ ਹੈ ਵੇਰੀਏਬਲ ਆਕਸੀਡੇਸ਼ਨ ਸਟੇਟਸ ਬਾਰੇ ਜਾਂ ਕਲਰਡ ਆਇਨਸ ਬਾਰੇ ਜਾਂ ਮੈਗਨੈਟਿਕ ਮੂਵਮੈਂਟ ਆਫ ਡੀ ਬਲੋਕ ਐਲੀਮੈਂਟਸ ਆਇਨਸ। ਤਾਂ ਡੀ ਬਲੋਕ ਦੇ ਵਿੱਚੋਂ ਜਦੋਂ ਵੀ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਬੇਟੇ ਆਪਾਂ ਨੂੰ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਸਮਝ ਆਣੀ ਚਾਹੀਦੀ ਹੈ ਕਿ ਕਿਵੇਂ ਲਿਖਣੀ ਹੈ। ਸੋ ਡੀ ਬਲੋਕ ਦੇ ਵਿੱਚ ਆਪਾਂ ਪਰਫੈਕਸ਼ਨ ਹਾਸਿਲ ਕਰਨੀ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣ ਦੀ। ਕਿਸੇ ਵੀ ਐਲੀਮੈਂਟ ਦੇ ਐਟਮ ਤੋਂ ਜਦੋਂ ਆਇਨ ਬਣਦਾ ਹੈ ਤਾਂ ਉਸ ਆਇਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ ਉਹ ਵੀ ਆਪਾਂ ਨੂੰ ਆਣੀ ਚਾਹੀਦੀ ਹੈ। ਸੋ ਡੀ ਬਲੋਕ ਦੇ ਵਿੱਚ ਮੇਨਲੀ ਬੇਟਾ ਚਾਰ ਸੀਰੀਜ਼ ਹੈ। ਜਿਹੜੀ ਫਰਸਟ ਟ੍ਰਾਂਜੀਸ਼ਨ ਸੀਰੀਜ਼ ਹੈ ਉਹਦੇ ਵਿੱਚ 3D ਸਬਸ਼ੈਲ ਦੀ ਫਿਲਿੰਗ ਹੁੰਦੀ ਹੈ ਤੇ ਆਪਾਂ ਉਹਨੂੰ 3D ਸੀਰੀਜ਼ ਕਹਿ ਦਿੰਦੇ ਹਾਂ, ਜਿਹੜੀ ਸਕੈਂਡੀਅਮ ਤੋਂ ਲੈ ਕੇ ਜ਼ਿੰਕ ਤੱਕ ਹੈ। ਸੈਕੰਡ ਟ੍ਰਾਂਜੀਸ਼ਨ ਸੀਰੀਜ਼ ਯਟ੍ਰੀਅਮ ਤੋਂ ਲੈ ਕੇ ਕੈਡਮੀਅਮ ਤੱਕ ਹੈ। ਥਰਡ ਟ੍ਰਾਂਜੀਸ਼ਨ ਸੀਰੀਜ਼ ਲੈਂਥੇਨਮ ਤੋਂ ਲੈ ਕੇ ਮਰਕਰੀ 80 ਤੱਕ। ਦੈਨ ਫੋਰਥ ਟ੍ਰਾਂਜੀਸ਼ਨ ਸੀਰੀਜ਼ ਐਕਟੀਨੀਅਮ ਤੋਂ ਲੈ ਕੇ ਕਾਪਰਨੀਸੀਅਮ ਤੱਕ ਹੁੰਦੀ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਿਵੇਂ ਜ਼ਿੰਕ, ਕੈਡਮੀਅਮ, ਮਰਕਰੀ, ਕਾਪਰਨੀਸੀਅਮ ਜਾਂ ਸਕੈਂਡੀਅਮ, ਯਟ੍ਰੀਅਮ, ਲੈਂਥੇਨਮ, ਐਕਟੀਨੀਅਮ, ਬੇਟੇ ਇਹਨਾਂ ਦੀ ਜਿਹੜੀ ਕਨਫਿਗਰੇਸ਼ਨ ਹੋਗੀ ਨਾ, ਜਿਵੇਂ ਆ ਗਰੁੱਪ 3 ਹੈ, ਗਰੁੱਪ 4 ਹੈ, ਇਹਨਾਂ ਦੀ ਕਨਫਿਗਰੇਸ਼ਨਸ ਵਿਲ ਬੀ ਸੇਮ। ਮੇਨਲੀ ਆਪਾਂ ਨੂੰ ਸਵਾਲ ਫਰਸਟ ਟ੍ਰਾਂਜੀਸ਼ਨ ਸੀਰੀਜ਼ ਚੋਂ ਪੁੱਛਿਆ ਜਾਂਦਾ ਹੈ, ਜਿਸ ਕਰਕੇ ਆਪਾਂ ਇਹਨਾਂ ਦੀਆਂ ਕਨਫਿਗਰੇਸ਼ਨਸ ਨੂੰ ਇੱਕ ਵਾਰੀ ਲਿਖ ਲਈਏ। ਬੇਟੇ ਸਕੈਂਡੀਅਮ ਦਾ ਨੰਬਰ ਹੈ 21, ਦੈਨ ਟਾਈਟੇਨੀਅਮ 22, ਲਾਈਕਵਾਈਜ਼ ਇਹ ਐਟੋਮਿਕ ਨੰਬਰ ਵਧੀ ਜਾਏਗਾ। ਤੇ ਆਰਗਨ ਜਿਹੜਾ ਹੈ ਦੈਟ ਇਜ਼ ਦੀ ਨੋਬਲ ਗੈਸ ਜਿਹਦੇ ਵਿੱਚ 18 ਇਲੈਕਟ੍ਰੋਨਸ ਹੁੰਦੇ। ਸੋ 18 ਇਲੈਕਟ੍ਰੋਨਸ ਦੇ ਬਾਅਦ 4s ਦੇ ਵਿੱਚ 2 ਇਲੈਕਟ੍ਰੋਨ ਤਾਂ 20 ਹੋ ਗਏ ਔਰ ਇੱਥੇ ਇੱਕ 3d ਦੇ ਵਿੱਚ ਚਲਾ ਗਿਆ, 21 ਬਣ ਗਏ। ਸੋ ਇੱਕ ਟ੍ਰਿਕ ਜੋ ਤੁਸੀਂ ਇਹਦੀ ਕਨਫਿਗਰੇਸ਼ਨ ਯਾਦ ਰੱਖਣੀ ਹੈ ਨਾ, ਉਹ ਕੁਝ ਇਸ ਤਰ੍ਹਾਂ ਹੋਏਗਾ ਕਿ ਜਿਹੜਾ ਐਟੋਮਿਕ ਨੰਬਰ ਹੈ ਉਹਦਾ ਜਿਹੜਾ ਯੂਨਿਟਸ ਪਲੇਸ ਹੈ ਉਹ d ਦੇ ਉੱਪਰ ਹੋਏਗਾ ਔਰ ਜਿਹੜਾ ਉਹਦਾ ਟੈਂਸ ਪਲੇਸ ਹੈ ਉਹ s ਦੇ ਉੱਤੇ ਹੋਏਗਾ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਨਫਿਗਰੇਸ਼ਨਸ ਨੂੰ ਐਟੋਮਿਕ ਨੰਬਰ ਦੇ ਨਾਲ ਕੰਪੇਅਰ ਕਰਦੇ ਹੋ ਨਾ, ਜਿੱਦਾਂ ਹੁਣ ਤੁਹਾਡੇ ਸਾਹਮਣੇ 25 ਨੰਬਰ ਆਇਆ ਤਾਂ 2 ਕਿੱਥੇ ਲਿਖਣਾ ਹੈ? s ਦੇ ਉੱਪਰ, ਔਰ 5 ਕਿੱਥੇ ਲਿਖਣਾ ਹੈ? d ਦੇ ਉੱਪਰ। ਸੋ ਲਾਈਕਵਾਈਜ਼ ਤੁਸੀਂ ਜੇ ਧਿਆਨ ਨਾਲ ਦੇਖੋ, ਐਜ਼ ਯੂ ਕੈਨ ਸੀ ਔਨ ਦਾ ਸਕਰੀਨ, ਕਿ ਸਾਰਿਆਂ ਦੀ ਕਨਫਿਗਰੇਸ਼ਨ ਮੈਚ ਕਰ ਰਹੀ ਹੈ। ਨਿਕਲਦੀ ਦੇਖੋ 4s2, 3d8, 8 ਕਿੱਥੋਂ ਆਇਆ? 3d ਦੇ ਉੱਤੇ, ਯੂਨਿਟ ਪਲੇਸ ਤੇ 8 ਹੈ। ਸੋ 3d ਦੇ ਉੱਤੇ ਯੂਨਿਟ ਪਲੇਸ ਵਾਲਾ ਡਿਜਿਟ ਆ ਜਾਣਾ ਹੈ। ਇਹਦੇ ਵਿੱਚ ਦੋ ਐਕਸੈਪਸ਼ਨਸ ਹੈ, ਇੱਕ ਹੈ ਕ੍ਰੋਮੀਅਮ ਜਿੱਥੇ ਆਪਾਂ ਐਕਸਪੈਕਟ ਕਰ ਰਹੇ ਸੀਗੇ ਕਿ 4s2 ਹੋਏਗਾ, 3d4 ਹੋਏਗਾ, ਬਟ ਇੱਥੇ ਐਕਸੈਪਸ਼ਨ ਹੈ ਬੇਟਾ ਕਿ ਇੱਥੇ 3d ਦੇ ਉੱਤੇ 5 ਆਏਗਾ, 4s ਦੇ ਉੱਤੇ 1 ਆਏਗਾ। ਕਿਉਂ? ਕਿਉਂਕਿ ਹਾਫ ਫਿਲਡ ਕਨਫਿਗਰੇਸ਼ਨ ਹੋ ਗਈ, d ਦੇ ਵਿੱਚ ਟੋਟਲ 10 ਆ ਸਕਦੇ ਹਨ ਤੇ ਜੇ d ਦੇ ਵਿੱਚ 5 ਹੈ ਤਾਂ d ਅੱਧਾ ਭਰ ਗਿਆ। ਸੋ 3d5 ਜਿਹੜੀ ਕਨਫਿਗਰੇਸ਼ਨ ਹੈ ਇਹ ਹਾਫ ਫਿਲਡ ਹੋਣ ਕਰਕੇ ਐਕਸਟਰਾ ਸਟੇਬਲ ਹੋਏਗੀ। ਇਸੇ ਤਰੀਕੇ ਨਾਲ ਕਾਪਰ ਦੇ ਕੇਸ ਦੇ ਵਿੱਚ ਅਸੀਂ ਐਕਸਪੈਕਟ ਕਰ ਰਹੇ ਸੀ 4s2 ਹੋਏਗਾ ਔਰ 3d9 ਹੋਏਗਾ, ਬਟ ਇੱਥੇ 3d ਦੇ ਕੇਸ 'ਚ 10 ਆ ਜਾਂਦਾ ਹੈ ਤੇ 4s1। ਸੋ ਕ੍ਰੋਮੀਅਮ ਔਰ ਕਾਪਰ ਹਾਫ ਫਿਲਡ ਔਰ ਫੁੱਲੀ ਫਿਲਡ ਕਨਫਿਗਰੇਸ਼ਨਸ ਦੀਆਂ ਉਦਾਹਰਨ ਹੈ ਔਰ ਇਸ ਕਰਕੇ ਇਹਨਾਂ ਦੀ ਜਿਹੜੀ ਕਨਫਿਗਰੇਸ਼ਨ ਆ ਉਹ ਐਕਸੈਪਸ਼ਨਲ ਹੈ। ਹੁਣ ਆਪਾਂ ਬੇਟੇ ਇਹਨਾਂ ਦੇ ਆਇਨਸ ਦੀ ਕਨਫਿਗਰੇਸ਼ਨ ਕਿਵੇਂ ਲਿਖਣੀ ਹੈ ਉਹ ਦੇਖਣੀ ਹੈ। ਦੇਖੋ ਬੇਟਾ, ਜਦੋਂ ਵੀ ਕਿਸੇ ਦੇ ਉੱਤੇ ਪਲੱਸ ਚਾਰਜ ਆ ਜਾਂਦਾ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਇੰਨੇ ਇਲੈਕਟ੍ਰੋਨ ਨਿਊਟਰਲ ਦੇ ਵਿੱਚੋਂ ਰਿਮੂਵ ਹੋ ਗਏ। ਜਿਵੇਂ ਸਕੈਂਡੀਅਮ ਦਾ 21 ਐਟੋਮਿਕ ਨੰਬਰ ਹੈ ਤੇ ਹੁਣ ਆਪਾਂ ਇੱਥੇ ਸਕੈਂਡੀਅਮ +3 ਲਿਖਿਆ ਹੈ, ਇਹਦਾ ਮਤਲਬ ਕੀ ਹੋਏਗਾ ਕਿ 21 ਦੇ ਵਿੱਚੋਂ 3 ਇਲੈਕਟ੍ਰੋਨਸ ਲੂਜ਼ ਹੋ ਗਏ, ਬਾਹਰ ਚਲੇ ਗਏ, ਮਤਲਬ ਪਿੱਛੇ ਕਿੰਨੇ ਬਚੇ? 18। ਸੋ ਜਦੋਂ ਆਪਾਂ 3 ਇਲੈਕਟ੍ਰੋਨ ਰਿਮੂਵ ਕਰਨੇ ਆ ਇਹਦੀ ਕਨਫਿਗਰੇਸ਼ਨ ਦੇ ਵਿੱਚੋਂ, ਸਭ ਤੋਂ ਪਹਿਲਾਂ ਆਪਾਂ 4s ਦੇ ਵਿੱਚੋਂ ਇਲੈਕਟ੍ਰੋਨ ਬਾਹਰ ਕੱਢਦੇ ਆ। ਠੀਕ ਹੈ, 2 ਇਲੈਕਟ੍ਰੋਨ ਆ ਨਿਕਲ ਗਏ, 1 ਇਲੈਕਟ੍ਰੋਨ ਇਹ ਵਾਲਾ ਨਿਕਲ ਗਿਆ। ਸੋ ਸਕੈਂਡੀਅਮ 3 ਪੋਜ਼ਿਟਿਵ ਦੀ ਜਿਹੜੀ ਕਨਫਿਗਰੇਸ਼ਨ ਹੈ ਉਹ ਕੁਝ ਇਸ ਤਰੀਕੇ ਦੇ ਨਾਲ ਲਿਖੀ ਜਾਏਗੀ ਕਿ 3d ਚ ਵੀ ਕੋਈ ਨਹੀਂ ਹੋਏਗਾ ਇਲੈਕਟ੍ਰੋਨ ਔਰ 4s ਦੇ ਵਿੱਚ ਵੀ 0 ਇਲੈਕਟ੍ਰੋਨ। ਨੈਕਸਟ ਹੈ ਟਾਈਟੇਨੀਅਮ। ਟਾਈਟੇਨੀਅਮ ਦੇ ਵਿੱਚ 22 ਨੰਬਰ ਹੈ, ਕਨਫਿਗਰੇਸ਼ਨ 3d2 4s2 ਹੈ। ਠੀਕ ਹੈ, ਸੋ ਟਾਈਟੇਨੀਅਮ 2 ਪੋਜ਼ਿਟਿਵ, ਮਤਲਬ 2 ਇਲੈਕਟ੍ਰੋਨ ਚਲੇ ਗਏ। ਸੋ 2 ਇਲੈਕਟ੍ਰੋਨ ਪਹਿਲਾਂ ਆਪਾਂ 4s ਚੋਂ ਰਿਮੂਵ ਕਰਨੇ ਆ। ਸੋ ਕਨਫਿਗਰੇਸ਼ਨ ਰਹੇਗੀ ਆਪਣੇ ਕੋਲੇ 3d2 4s0।
टाइटेनियम 3 पॉजिटिव च की होएगा, इंदे विचो जे आपा 3 इलेक्ट्रॉन बाहर कढ़ने हैं। कॉन्फिगरेशन लिख ली 3d2 4s2, 3 इलेक्ट्रॉन, दो तो इंदे चो चले गए, एक इंदे चो चला गया, सो बच की गया अपने को 3d1 4s0। जे इस तरीके नाल आपा टाइटेनियम 4 पॉजिटिव दी करना चाहिए तो 2 इलेक्ट्रॉन आ वाले लूज हो गए और 2 डी वाले लूज हो गए, सो 3d दे विच भी 0 आ गया और 4s दे विच भी 0 आ गया। सो कॉन्फिगरेशन लिखनी आनी सब तो ज्यादा इंपॉर्टेंट चीज है। नेक्स्ट है वैनेडियम। वैनेडियम दे विच कॉन्फिगरेशन 3d3 4s2 है नॉर्मल दी, 2 पॉजिटिव दा की मतलब होएगा वेरी गुड कि इलेक्ट्रॉन 2 जेड़े आपा बाहर काट देने, कित्थों निकलेंगे 4s दे विचों, सो कॉन्फिगरेशन की बन जाएगी 3d3 4s0। और 3 पॉजिटिव दा की मतलब होएगा 3 इलेक्ट्रॉन निकल गए, 2 इलेक्ट्रॉन तां इत्थों 4s2 निकल गए, एक डी दे विच्चों निकल गया, तो की बच गया पिछे 3d2 4s0। वैनेडियम 4 पॉजिटिव का की मतलब बनेगा, वैनेडियम 4 पॉजिटिव मतलब 4 इलेक्ट्रॉन निकल गए, 2 इलेक्ट्रॉन 4s दे विच्चों ते 2 इलेक्ट्रॉन 3d दे विच्चों, 3d च किन्ने बच गए 3d1 4s0। और वैनेडियम 5 पॉजिटिव दे विच्चों बेटा, जे तुसी इस चीज नू अच्छे तरीके नाल समझे हो तो तुहानू ये समझ लग जाएगी कि आम तौर ते जिहड़े पी ब्लॉक या एस ब्लॉक दे एलीमेंट्स है उह तां इन्नी ऑक्सीडेशन स्टेट शो नहीं करदे, पर ए डी ब्लॉक वाले इन्नी ऑक्सीडेशन स्टेट क्यों शो कर रहे हैं, बिकॉज इंदे विच एस इलेक्ट्रॉन दे नाल नाल अंदर वाले शैल दे डी इलेक्ट्रॉन्स भी ऑक्सीडेशन च मतलब लॉस ऑफ इलेक्ट्रॉन च पार्टिसिपेट करते हैं, बॉन्ड फॉर्मेशन च पार्टिसिपेट करते हैं, इस करके डी ब्लॉक एलिमेंट्स जेड़े हैं वो वेरिएबल ऑक्सीडेशन स्टेट शो करते हैं। सो थ्योरेटिकली तो ये पूछा जा सकता है कि डी ब्लॉक एलिमेंट्स दी वेरिएबल ऑक्सीडेशन स्टेट क्यों होंगी है, तो उनके विच तुसी इनका इको ही रीजन है बेटा कि दिस इज ड्यू टू पार्टिसिपेशन ऑफ NS यानी कि बाहर वाले शैल दा S और पेनल्टीमेट शैल दा D N-1 जड़ा शैल है उन्दे D इलेक्ट्रॉन्स बॉन्डिंग च भाग लैंदे है, जिस करके D ब्लॉक एलिमेंट्स वेरिएबल ऑक्सीडेशन स्टेट शो करते हैं। अच्छा जिहड़ी सब तो लोएस्ट ऑक्सीडेशन स्टेट है वो कादे बराबर होएगी, जिन्ने NS इलेक्ट्रॉन्स है, यानी कि आप देखते हैं कि तकरीबन सारे की प्लस 2 ऑक्सीडेशन स्टेट जी है वो लोएस्ट ऑक्सीडेशन स्टेट होगी। पहली ट्रांजिशन सीरीज च स्कैंडियम नू छोड़ के प्लस 2 ऑक्सीडेशन स्टेट इज शोन बाय ऑल द मेंबर्स ऑफ फर्स्ट ट्रांजिशन सीरीज। अच्छा जी हाईएस्ट ऑक्सीडेशन स्टेट पॉसिबल है वह की होगी, जे सारे दे सारे इलेक्ट्रॉन यानी कि जेडे NS दे विच है और जेडे N-1 D दे विच है, जे सारे दे सारे बॉन्डिंग च भाग ले रहे हैं तो ओनली हाईएस्ट ऑक्सीडेशन स्टेट पॉसिबल होएगी। एक चीज और याद रखनी है कि जेडी हाईएस्ट ऑक्सीडेशन स्टेट है ए मेजॉरिटी मेटल्स जेडे है अपने फ्लोराइड या ऑक्साइड दे केस च शो करदे है, क्यों, क्योंकि जेडे फ्लोरीन और ऑक्सीजन है ये सब तो वध इलेक्ट्रोनेगेटिव एलिमेंट है, जदों फ्लोरीन या ऑक्सीजन ने मेटल एटम दे नेड़े आना है ना तो जेडा इनका आयन फॉर्मेशन होनी है वो बहुत ही ज्यादा हाईएस्ट एक्साइटेड स्टेट तक यानी मैक्सिमम ऑक्सीडेशन स्टेट तक फ्लोरीन ते ऑक्सीजन किसी भी एटम दा आयन बनाने विच सक्षम होंदे है। हुन आपां क्रोमियम 24 दी कॉन्फिगरेशन जिहड़ी एक्सेप्शनल कॉन्फिगरेशन कही सीगी 3d5 4s1, इनदे विचों दी आपां क्रोमियम 2 पॉजिटिव देखदे हां की कॉन्फिगरेशन बनेगी, 2 इलेक्ट्रॉन निकलने, सो एक इलेक्ट्रॉन तां एस दे विचों सब तो पहला 4s2 निकलदा ना इलेक्ट्रॉन, ते दूसरा जेड़ा है वो 3d5 दे विचों तां पिछे की बच जाएगा 3d4 और 4s0। ठीक है, और जदों आपां क्रोमियम 3 पॉजिटिव दी गल करांगे एक इलेक्ट्रॉन इत्थों चला गया ते 2 इत्थों, ठीक 3 इलेक्ट्रॉन चले गए ते की बन जाएगा पिछे 3d3 4s0। क्रोमियम 4 पॉजिटिव और 5 पॉजिटिव, 4 पॉजिटिव बनेगा जदों इत्थों दी एक इलेक्ट्रॉन चला गया ते 3 इत्थों चले गए 3d2, और 5 पॉजिटिव दे विच 3d1 रह जाएगा 4s0 दे नाल। हुन याद ही रखना है कि ए दोनों ही स्टेबल नहीं है। हाईएस्ट ऑक्सीडेशन स्टेट क्रोमियम दी किन्नी होएगी +6, क्यों होएगी, क्योंकि 5d दे ते 1s दा ये सारे बॉन्डिंग च पार्टिसिपेट करेंगे, इस करके क्रोमियम दी जिहड़ी हाईएस्ट ऑक्सीडेशन स्टेट है वो +6 होएगी। हुन तुहानू क्वेश्चन इस तरीके नाल बेटे कई होर पूछे जा सकते हैं
ਜਿਵੇਂ ਤੁਹਾਡੇ ਕੋਲੇ ਇਹ ਪੁੱਛਿਆ ਜਾ ਸਕਦਾ ਹੈ ਕਿ ਮੈਂਗਨੀਜ਼ 3 ਪੋਜ਼ਿਟਿਵ ਜਾਂ ਮੈਂਗਨੀਜ਼ 4 ਪੋਜ਼ਿਟਿਵ ਦੇ ਵਿੱਚੋਂ ਕਿੰਦੇ ਚ ਅਨਪੇਅਰਡ ਇਲੈਕਟ੍ਰੋਨ ਜ਼ਿਆਦਾ ਤੇ ਕਿੰਦੇ ਚ ਘੱਟ ਹੈ ਉਹ ਆਪਾਂ ਦੇਖੀਏ ਜ਼ਰਾ ਹੁਣ। ਸੋ ਮੈਂਗਨੀਜ਼ 25 ਦੀ ਕਨਫਿਗਰੇਸ਼ਨ 3d5 4s2 ਹੈ। ਮੈਂਗਨੀਜ਼ 2 ਪੋਜ਼ਿਟਿਵ ਚ ਕੀ ਹੋਏਗਾ, 4s2 ਜਿਹੜਾ ਹੈ ਖਾਲੀ ਹੋਏਗਾ ਔਰ 3d5 ਦੇ ਵਿੱਚ ਇਸ ਤਰੀਕੇ ਨਾਲ 5 ਆਰਬਿਟਲ ਜਿਹੜੇ ਹੈ ਉਹ ਸਿੰਗਲੀ ਫਿਲ ਹੋ ਜਾਣਗੇ। ਠੀਕ ਹੈ, ਸੋ 4s2 ਦੇ ਵਿੱਚ ਆਪਾਂ ਇੱਥੇ ਕਹਿਣਾ 3d5 ਹੈ, 4s ਦੇ ਜਿਹੜੇ ਹੈ 2 ਉਹ ਰਿਮੂਵ ਹੋ ਗਏ। ਮੈਂਗਨੀਜ਼ 3 ਪੋਜ਼ਿਟਿਵ ਚ ਕੀ ਹੋਏਗਾ ਕਿ 4s ਦੇ ਵਿੱਚੋਂ ਦੀ ਤਾਂ 2 ਚਲੇ ਹੀ ਗਏ, ਇੱਕ 5 ਦੇ ਵਿੱਚੋਂ ਵੀ ਚਲਾ ਗਿਆ, ਇੱਥੇ 4 ਰਹਿ ਗਏ। ਸੋ ਦਿਸ ਵਿਲ ਬੀ ਰਿਮੂਵਡ, ਇੱਥੇ ਸਿਰਫ 4 ਰਹਿ ਜਾਣਗੇ। ਸੋ ਕਿੰਨੇ ਅਨਪੇਅਰਡ ਇਲੈਕਟ੍ਰੋਨ ਰਹੇ ਇੱਥੇ, ਸੋ ਹੇਅਰ ਅਨਪੇਅਰਡ ਇਲੈਕਟ੍ਰੋਨਸ ਵਿਲ ਬੀ 4। ਸੋ ਆਪਾਂ ਇੱਥੇ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਉਹ ਕੱਢਨੇ ਸਿੱਖ ਰਹੇ ਹਾਂ। ਓਕੇ, ਦੈਨ ਮੈਂਗਨੀਜ਼ 4 ਪੋਜ਼ਿਟਿਵ ਦੇ ਵਿੱਚ 2 ਇਲੈਕਟ੍ਰੋਨ ਇੱਥੋਂ ਦੀ ਚਲੇ ਗਏ ਔਰ 4 ਪੋਜ਼ਿਟਿਵ ਬਣਾਉਣਾ, 2 ਇੱਥੋਂ ਚਲੇ ਗਏ। ਸੋ 3d3 4s0। ਸੋ ਇੱਥੇ ਕਿੰਨੇ ਅਨਪੇਅਰਡ ਬਚ ਜਾਣਗੇ, 3। ਸੋ ਆਪਾਂ ਅਨਪੇਅਰਡ ਇਲੈਕਟ੍ਰੋਨਸ ਕੱਢਨੇ ਵੀ ਸਿੱਖਣੇ ਆ। ਇਸੇ ਤਰੀਕੇ ਨਾਲ ਆਇਰਨ, ਆਇਰਨ ਦੀ ਜੇ ਗੱਲ ਕੀਤੀ ਜਾਵੇ, 26, ਸੋ ਕਨਫਿਗਰੇਸ਼ਨ ਇਜ਼ 3d6 4s2, ਆਇਰਨ 2 ਪੋਜ਼ਿਟਿਵ ਦੀ ਕਨਫਿਗਰੇਸ਼ਨ ਕੀ ਬਣੇਗੀ, 3d6 4s0, ਔਰ ਆਇਰਨ 3 ਪੋਜ਼ਿਟਿਵ ਦੀ ਕਨਫਿਗਰੇਸ਼ਨ ਕੀ ਬਣੇਗੀ, 3d5 ਐਂਡ 4s0। 3 ਇਲੈਕਟ੍ਰੋਨ ਜਿਹੜੇ ਆ ਇਹਦੇ ਵਿੱਚੋਂ ਦੀ ਬਾਹਰ ਕੱਢਦੇ ਨੇ। ਸੋ ਜਦੋਂ ਆਪਾਂ ਆਇਰਨ ਦੀ Fe2 ਪੋਜ਼ਿਟਿਵ ਦੀ ਗੱਲ ਕਰਦੇ ਹਾਂ ਨਾ, ਸੋ ਉਦੋਂ ਕੀ ਚੀਜ਼ ਬਣਨੀ ਹੈ ਆਪਣੇ ਕੋਲੇ, 2 ਪੋਜ਼ਿਟਿਵ ਦੇ ਵਿੱਚ 2 ਇਲੈਕਟ੍ਰੋਨ ਇੱਥੋਂ ਦੀ ਤਾਂ ਚਲੇ ਗਏ, ਆ 3d6 ਹੈ। ਸੋ ਪਹਿਲੇ ਆਪਾਂ d ਨੂੰ ਸਿੰਗਲੀ ਫਿਲ ਕਰਾਂਗੇ, 5 ਇੱਥੇ ਫਿਲ ਹੋ ਗਏ, 6ਵਾਂ ਇਲੈਕਟ੍ਰੋਨ ਪੇਅਰਿੰਗ ਦੇ ਵਿੱਚ ਆ ਗਿਆ। ਸੋ ਅਨਪੇਅਰਡ ਇਲੈਕਟ੍ਰੋਨਸ ਕਿੰਨੇ ਬਚੇ ਇੱਥੇ, ਸੋ ਅਨਪੇਅਰਡ ਇਲੈਕਟ੍ਰੋਨ ਆ 1 2 3 4, ਇੱਥੇ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਆ ਗਏ ਆਪਣੇ ਕੋਲੇ 4। ਸੋ ਨੰਬਰ ਆਫ ਇਲੈਕਟ੍ਰੋਨਸ ਐਂਡ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਇਹ ਪਤਾ ਹੋਣੇ ਬਹੁਤ ਜ਼ਰੂਰੀ ਹੈ। ਸੋ Fe3 ਪੋਜ਼ਿਟਿਵ ਚ ਕੀ ਹੋਏਗਾ ਬੇਟਾ, Fe3 ਪੋਜ਼ਿਟਿਵ ਦੇ ਵਿੱਚ 4s ਦੇ ਵਿੱਚੋਂ ਤਾਂ 2 ਨਿਕਲ ਗਏ ਔਰ ਇੱਕ ਇੱਥੋਂ ਵੀ ਨਿਕਲੇਗਾ, ਸੋ 3d5 ਰਹਿ ਜਾਣਗੇ। ਸੋ ਆ ਇਲੈਕਟ੍ਰੋਨ ਇੱਥੇ ਨਹੀਂ ਹੈ, ਸੋ ਐਜ਼ ਅ ਰਿਜ਼ਲਟ ਕਿੰਨੇ ਅਨਪੇਅਰਡ ਹੋ ਗਏ, ਯੈਸ ਹੇਅਰ 5 ਅਨਪੇਅਰਡ ਇਲੈਕਟ੍ਰੋਨਸ ਆਰ ਦੇਅਰ। ਸੋ Fe2 ਪੋਜ਼ਿਟਿਵ ਦੇ ਵਿੱਚ 4 ਅਨਪੇਅਰਡ ਇਲੈਕਟ੍ਰੋਨ ਹੈ ਔਰ Fe3 ਪੋਜ਼ਿਟਿਵ ਦੇ ਵਿੱਚ 5 ਅਨਪੇਅਰਡ ਇਲੈਕਟ੍ਰੋਨ। ਓਕੇ, ਨਾਓ ਨੈਕਸਟ ਇਜ਼ ਕੋਬਾਲਟ। ਜੇ ਕੋਬਾਲਟ ਦੇ ਵਿੱਚ ਤੁਹਾਨੂੰ ਸਿੱਧਾ ਹੀ ਪੁੱਛਿਆ ਜਾਵੇ ਕਿ ਕੋਬਾਲਟ 2 ਪੋਜ਼ਿਟਿਵ ਦੀ ਕਨਫਿਗਰੇਸ਼ਨ ਦੇ ਅਨੁਸਾਰ ਕਿੰਨੇ ਅਨਪੇਅਰਡ ਇਲੈਕਟ੍ਰੋਨ ਹੈ, ਸੋ ਕੋਬਾਲਟ 2 ਪੋਜ਼ਿਟਿਵ ਮਤਲਬ ਆ ਵਾਲੇ 2 ਇਲੈਕਟ੍ਰੋਨਸ ਗਏ, ਪਿੱਛੇ 7 ਹੈ। ਸੋ 7 ਦੇ ਵਿੱਚੋਂ ਦੀ ਜੇ ਆਪਾਂ ਦੇਖੀਏ ਡੀ ਦੇ ਵਿੱਚ ਫਿਲਿੰਗ ਕਿਸ ਤਰ੍ਹਾਂ ਹੋਏਗੀ, ਪਹਿਲੇ ਤਾਂ ਸਿੰਗਲੀ ਫਿਲ ਹੋਣਗੇ, ਦੈਨ 6 ਤੇ 7 ਇਹ ਹੋ ਗਏ, 3 ਅਨਪੇਅਰਡ ਹੋ ਗਏ। ਸੋ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਕਿੰਨੇ ਬਣੇ, ਵੈਰੀ ਗੁੱਡ, ਦਿਸ ਇਜ਼ 3। ਸੋ ਬੇਟਾ ਜੀ ਨੰਬਰ ਆਫ ਅਨਪੇਅਰਡ ਇਲੈਕਟ੍ਰੋਨ ਆਪਾਂ ਨੂੰ ਕੱਢਨੇ ਆਨੇ ਜ਼ਰੂਰੀ ਹੈ। ਸੋ ਪਹਿਲੀ ਚੀਜ਼ ਹੁੰਦੀ ਹੈ ਕਿਸੇ ਵੀ ਡੀ ਬਲੋਕ ਐਲੀਮੈਂਟ ਦੇ ਕੁਐਸਚਨ ਨੂੰ ਹੈਂਡਲ ਕਰਨਾ ਨਾ, ਤੁਸੀਂ ਸਭ ਤੋਂ ਪਹਿਲਾਂ ਉਹਦੀ ਗਰਾਊਂਡ ਸਟੇਟ ਕਨਫਿਗਰੇਸ਼ਨ ਲਿਖ ਸਕੋ, ਉਸਦੇ ਬਾਅਦ ਉਹਦੇ ਆਇਨ ਦੀ ਕਨਫਿਗਰੇਸ਼ਨ ਲਿਖ ਸਕੋ, ਉਸਦੇ ਬਾਅਦ ਤੁਸੀਂ ਇਹ ਦੇਖ ਸਕੋ ਵੀ ਇਹਦੇ ਚ ਕੋਈ ਅਨਪੇਅਰਡ ਇਲੈਕਟ੍ਰੋਨ ਹੈ ਜਾਂ ਨਹੀਂ ਹੈ, ਜੇ ਹੈ ਤਾਂ ਕਿੰਨੇ ਅਨਪੇਅਰਡ ਇਲੈਕਟ੍ਰੋਨਸ ਹੈ। ਹੁਣ ਆਪਾਂ ਇਸ ਟ੍ਰਿਕ ਦਾ ਇਸਤੇਮਾਲ ਕਰਦੇ ਹਾਂ। ਆਪਣਾ ਪਹਿਲਾ ਕੁਐਸਚਨ ਹੈ ਕਿ ਡੀ ਬਲੋਕ ਐਲੀਮੈਂਟਸ ਜਿਹੜੇ ਹੈ ਉਹ ਕਲਰਡ ਆਇਨ ਕਿਉਂ ਬਣਾਉਂਦੇ ਆ। ਬੇਟਾ ਜਦੋਂ ਡੀ ਬਲੋਕ ਐਲੀਮੈਂਟਸ ਦੇ ਵਿੱਚ ਐਟਮਿਕ ਸਟੇਟ ਹੈ ਤਾਂ ਜਿਹੜੇ ਡੀ ਆਰਬਿਟਲਸ ਹੈ ਉਹਨਾਂ ਦੀ ਐਨਰਜੀ ਬਰਾਬਰ ਹੁੰਦੀ ਹੈ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਡੀ ਜਨਰੇਟ ਆਰਬਿਟਲਸ। ਠੀਕ ਹੈ, ਪਰ ਜਦੋਂ ਲਿਗੈਂਡ ਅਪਰੋਚ ਕਰਦਾ ਹੈ ਡੀ ਜਨਰੇਟ ਆਰਬਿਟਲਸ ਵੱਲ, ਡੀ ਆਰਬਿਟਲਸ ਦੇ ਨੇੜੇ ਆਉਂਦਾ, ਮੈਟਲ ਐਟਮ ਦੇ ਨੇੜੇ ਜਦੋਂ ਲਿਗੈਂਡ ਅਪਰੋਚ ਕਰਦਾ ਹੈ ਤਾਂ ਜਿਹੜੀ ਮੈਟਲ ਐਟਮ ਦੇ ਡੀ ਆਰਬਿਟਲਸ ਦੀ ਡੀਜਨਰੇਸੀ ਹੈ ਇਹ ਟੁੱਟ ਜਾਏਗੀ। ਮਤਲਬ ਹੁਣ ਇਹ ਸਾਰੇ 5 ਆਰਬਿਟਲ ਇੱਕੋ એનર્ਜੀ ਦੇ ਨਹੀਂ ਰਹਿਣਗੇ, 2 ਸੈਟ ਆਫ ਆਰਬਿਟਲ ਬਣ ਜਾਣਗੇ। ਇੱਕ ਸੈਟ ਆਫ ਆਰਬਿਟਲ ਹੋਏਗਾ ਜਿਹਦੀ એનર્ਜੀ ਐਟੋਮਿਕ ਆਰਬਿਟਲਸ ਨਾਲੋਂ ਘੱਟ ਹੈ ਔਰ ਦੂਸਰਾ ਸੈਟ ਆਫ ਆਰਬਿਟਲ ਹੋਏਗਾ ਜਿਹਦੀ એનર્ਜੀ ਐਟੋਮਿਕ ਆਰਬਿਟਲਸ ਨਾਲੋਂ ਵੱਧ ਹੈ। ਲੋਅਰ એનર્ਜੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜਿਹੜੇ ਬਿਟਵੀਨ ਦੀ ਐਕਸਿਸ ਹੁੰਦੇ ਆ ਕਿਹੜੇ ਕਿਹੜੇ, ਜਿਵੇਂ DXY, DYZ, DXZ, ਔਰ ਹਾਇਰ એનર્ਜੀ ਤੇ ਹੁੰਦੇ ਆ ਬੇਟਾ
डी एक्स स्क्वायर माइनस वाई स्क्वायर डी जेड स्क्वायर जेडे की अलोंग दी एक्सिस होंगे एक्स वाई जेड एक्सिस दे अलोंग होंगे ऑर्बिटल्स सो इस करके इन्हों की जी डिवीजन हो जाती है दो नवे सैट बन जाते हैं ऑर्बिटल्स दे ते जदों हुण बेटा इन्दे उपर लाइट फॉल करनी जदों लाइट फॉल करनी है ताकि हुण सपोज इत्थे एक इलेक्ट्रॉन है ठीक है सो जिहड़ा आ एक इलेक्ट्रॉन मौजूद है इन्हें विजिबल लाइट दे विच्चों दी एनर्जी एबजॉर्ब करके एक्साइट होके उपर वाले सैट दे विच चले जाना है मतलब टी टू जी सैट तो इलेक्ट्रॉन ने ई जी सैट दे विच चले जाना है सो इलेक्ट्रॉन जिहड़ा है एक डी ऑर्बिटल तो ट्रांजिशन शो करता है दूजे डी ऑर्बिटल तक इनू आपां नाम दिंदे हैं डी डी ट्रांजिशन हुण जदों विजिबल लाइट का एक कंपोनेंट इस ट्रांजिशन दे विच इस्तेमाल हो गया तां बाकी दी जिहड़ी लाइट है दैट विल बी ट्रांसमिटेड और सानू उस मेटल एटम दा उस मेटल आयन दा सानू कोरस्पोंडिंगली कलर दिखाई देगा हुण जे आपां नू इन्हां सवालां दे विचों कोई भी सवाल पूछ लिता जांदा है जिवें कि आयन्स ऑफ जिंक 2 पॉजिटिव और टाइटेनियम 4 पॉजिटिव आर कलरलेस बट आयन्स ऑफ कॉपर 2 पॉजिटिव एंड निकल 2 पॉजिटिव आर कलर्ड व्हाई सो इसका आंसर आपां किवें करांगे पहले आपां इन्हां आयन्स दी इलेक्ट्रॉनिक कॉन्फिगरेशन लिख लवांगे जदों आपां जिंक 2 पॉजिटिव दी कॉन्फिगरेशन देखदे हां तां साडे कोले 4s0 3d10 आ जांदी है 3d10 दा मतलब ए है कि अपने कोले ए सारे जिहड़े इलेक्ट्रॉन्स हैं ए पेयर्ड फॉर्म दे विच होणगे ठीक है सो नो अनपेयर्ड इलेक्ट्रॉन इज देयर अगर अनपेयर्ड इलेक्ट्रॉन है ही नहीं ता कोई भी डी डी ट्रांजिशन नहीं होएगी एज अ रिजल्ट सानू कोई कलर नजर नहीं आएगा ठीक है सो टाइटेनियम 4 पॉजिटिव दे विच की है कि सारे ही खाली पए हैं इत्थे भी कोई डी डी ट्रांजिशन नहीं होएगी दैट्स व्हाई इट विल बी कलरलेस हियर इट विल बी शोइंग नो कलर कॉपर 2 पॉजिटिव दे केस च 3d9 है ते 4s0 है 3d9 दा मतलब है पहले आपां इन्हां नूं सिंगली फिल करके फिर पेयरिंग स्टार्ट करदे हैं लाइक दिस वन अनपेयर्ड इलेक्ट्रॉन है सो जिहड़ा ये वन अनपेयर्ड इलेक्ट्रॉन है ये डी डी ट्रांजिशन शो करेगा एज अ रिजल्ट सानू इत्थे कलर नजर आएगा निकल 2 पॉजिटिव दे केस च 4s च तो कोई नहीं है 3d8 सो इहदा मतलब है पहले सिंगली फिल करता 5 हो गए 6वां 7वां ते 8वां दो अनपेयर्ड इलेक्ट्रॉन्स हैगे जिहड़े आ दो अनपेयर्ड इलेक्ट्रॉन्स है दे विल शो डी डी ट्रांजिशंस एज अ रिजल्ट इट विल आल्सो शो कलर इसे तरह ही क्वेश्चन पूछा जा सकता है कि सिल्वर पॉजिटिव और कोबाल्ट 2 पॉजिटिव दे विचों केड़ा कलर्ड होएगा एक्वस सॉल्यूशन दे विच ते केड़ा नहीं अपन इन्हां दी कॉन्फिगरेशन देखनी है ठीक है सो जिस कॉन्फिगरेशन दे विच सानू अनपेयर्ड इलेक्ट्रॉन्स नजर आंदे है ओ कलर्ड होएगा दूजा नहीं होएगा इसी तरह आउट ऑफ ZnSO4 एंड CuSO4 व्हिच वन इज कलर्ड एंड व्हाई सो अपन जिंक 2 पॉजिटिव और कॉपर 2 पॉजिटिव नु कंपेयर करना बेटा जे जिंक 2 पॉजिटिव और कॉपर 2 पॉजिटिव दे विचों अपन नु पता है कि जिंक पूरा भरया होया है सो फुली फिल्ड दे विच कलर कदी भी शो नहीं हुंदा ठीक है सो कॉपर 2 पॉजिटिव दे विच अपन हुने कीता है कि एक अनपेयर्ड इलेक्ट्रॉन होन करके इट विल शो कलर इसे तरीके नाल Why salts of zinc 2 positive, cadmium 2 positive, mercury 2 positive, copper 2 positive, silver positive and scandium 3 positive, titanium 4 positive, why they are white? जे तुहानू इस तरह दा कोई भी सवाल पूछा जांदा बेटा तो तुसी सब तो पहला उन्हां दी configurations लिख के देखनी है सो configurations जदों आपां लिखदे हां ना तां zinc, cadmium, mercury तुहानू मैं पहला भी दस्सिया सीगा भी इह इको ही ग्रुप दे विच आंदे हैं जिंक कैडमियम मरकरी और ये फुली फिल्ड होंदे जिंक दी कॉन्फिगरेशन होएगी 4s2 3d10 देन जिंक 2 पॉजिटिव दे विच 4s0 3d10 हो जाएगा इंदे च 4d10 हो जाएगा इंदे च 5d10 हो जाएगा सो इन्ने सारे दे विच फुली फिल्ड है कॉपर प्लस 1 दे विच 4s0 हो गया सो इंदे विच बेटा 3d ते 10 रह गए ना ਇਸੇ ਤਰ੍ਹਾਂ ਸਿਲਵਰ ਦੇ ਵਿੱਚ ਵੀ ਇਹ ਫੁੱਲੀ ਫਿਲਡ ਹੋਣ ਕਰਕੇ ਡੀ ਆਰਬਿਟਲਸ ਫੁੱਲੀ ਫਿਲ ਹੋਣ ਕਰਕੇ ਦੇ ਵਿਲ ਨਾਟ ਬੀ ਸ਼ੋਇੰਗ ਐਨੀ ਕਲਰ ਪਰ ਸਕੈਂਡੀਅਮ 3 ਪੋਜ਼ਿਟਿਵ ਔਰ ਟਾਈਟੇਨੀਅਮ 4 ਪੋਜ਼ਿਟਿਵ ਦੇ ਵਿੱਚ
ਇਹ ਵੀ ਕਲਰ ਨਹੀਂ ਸ਼ੋ ਕਰਨਗੇ। ਕਿਉਂ ਨਹੀਂ ਕਰਨਗੇ? ਕਿਉਂਕਿ ਇੱਥੇ ਵੇਕੈਂਟ ਡੀ ਆਰਬਿਟਲ ਹੈ, ਮਤਲਬ ਡੀ ਆਰਬਿਟਲ ਬਿਲਕੁਲ ਖਾਲੀ ਪਏ ਹੈ, ਉਹਨਾਂ 'ਚ ਕੋਈ ਅਨਪੇਅਰਡ ਇਲੈਕਟ੍ਰੋਨ ਹੈ ਹੀ ਨਹੀਂ। ਸੋ ਜਿੱਥੇ ਡੀ ਡੀ ਟ੍ਰਾਂਜ਼ਿਸ਼ਨ ਨਹੀਂ ਹੋਏਗੀ ਉੱਥੇ ਕੋਈ ਕਲਰ ਨਹੀਂ ਆਏਗਾ। ਇਸੇ ਤਰ੍ਹਾਂ ਹੀ ਕੁਐਸਚਨ ਪੁੱਛਿਆ ਜਾਂਦਾ ਹੈ ਬੇਟਾ ਮੈਗਨੈਟਿਕ ਪ੍ਰੋਪਰਟੀਜ਼ ਆਫ ਡੀ ਬਲੋਕ ਐਲੀਮੈਂਟਸ ਦੇ। ਡੀ ਬਲੋਕ ਐਲੀਮੈਂਟਸ ਦੀਆਂ ਮੈਗਨੈਟਿਕ ਪ੍ਰੋਪਰਟੀਜ਼ ਉਹਨਾਂ ਦੇ ਵਿੱਚ ਜਿਹੜੇ ਮੌਜੂਦ ਅਨਪੇਅਰਡ ਇਲੈਕਟ੍ਰੋਨਸ ਹੁੰਦੇ ਆ ਨਾ, ਉਹਨਾਂ ਕਰਕੇ ਹੁੰਦੀਆਂ। ਜਿੰਨੇ ਜ਼ਿਆਦਾ ਅਨਪੇਅਰਡ ਇਲੈਕਟ੍ਰੋਨਸ ਹੋਣਗੇ ਉਨੀ ਹੀ ਮੈਗਨੈਟਿਕ ਮੂਵਮੈਂਟ ਯਾਨੀ ਮਿਊ ਉਨਾ ਹੀ ਜ਼ਿਆਦਾ ਹੋਏਗਾ। ਸੋ ਜਿੰਨੇ ਜ਼ਿਆਦਾ ਅਨਪੇਅਰਡ ਇਲੈਕਟ੍ਰੋਨ ਉਨਾ ਹੀ ਪੈਰਾ ਮੈਗਨੈਟਿਕ ਬਿਹੇਵੀਅਰ ਹੋਏਗਾ। ਸੋ ਆਪਾਂ ਜੇ ਚਾਹੀਏ ਤਾਂ ਮੈਗਨੈਟਿਕ ਮੂਵਮੈਂਟ ਜਿਹੜੀ ਹੈ ਉਹ ਕੈਲਕੂਲੇਟ ਵੀ ਕਰ ਸਕਦੇ ਹਾਂ, ਔਰ ਉਹਦਾ ਫਾਰਮੂਲਾ ਹੁੰਦਾ ਹੈ ਅੰਡਰ ਰੂਟ ਐਨ ਐਨ ਪਲੱਸ ਟੂ, ਔਰ ਇਹਦੇ ਯੂਨਿਟਸ ਹੁੰਦੇ ਆ ਬੋਹਰ ਮੈਗਨੇਟੋਨਸ। ਐਨ ਕੀ ਹੈ? ਐਨ ਹੈ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ। ਧਿਆਨ ਨਾਲ ਨੋਟ ਕਰੋ ਬੇਟਾ, ਜੇ ਆਪਾਂ ਨੂੰ ਕਿਸੇ ਵੀ ਸਵਾਲ 'ਚ ਇਲੈਕਟ੍ਰੋਨਿਕ ਕਨਫਿਗਰੇਸ਼ਨ ਲਿਖਣੀ ਆ ਗਈ ਤੇ ਅਸੀਂ ਉਹਦੇ 'ਚ ਅਨਪੇਅਰਡ ਇਲੈਕਟ੍ਰੋਨਸ ਕੱਢ ਸਕਦੇ ਹਾਂ, ਤਾਂ ਅਸੀਂ ਉਸ ਅਨਪੇਅਰਡ ਇਲੈਕਟ੍ਰੋਨਸ ਤੋਂ ਮੈਗਨੈਟਿਕ ਮੂਵਮੈਂਟ ਵੀ ਕੱਢ ਸਕਦੇ ਹਾਂ। ਜਿਵੇਂ ਕਿ ਹੁਣ ਆਪਾਂ ਟੇਬਲ ਨੂੰ ਅਬਜ਼ਰਵ ਕਰਦੇ ਹਾਂ, ਇੱਕ ਦਿਖਾਏ ਗਏ ਟੇਬਲ ਦੇ ਵਿੱਚ ਸਕੈਂਡੀਅਮ 3 ਪੋਜ਼ਿਟਿਵ, ਟਾਈਟੇਨੀਅਮ 3 ਪੋਜ਼ਿਟਿਵ, ਟਾਈਟੇਨੀਅਮ 2 ਪੋਜ਼ਿਟਿਵ, ਇਸ ਤਰੀਕੇ ਨਾਲ ਕਾਫੀ ਜ਼ਿਆਦਾ ਸਾਰੇ ਆਇਨਸ ਦੀਆਂ ਕਨਫਿਗਰੇਸ਼ਨਸ ਲਿਖੀਆਂ ਹੋਈਆਂ ਜੋ ਆਪਾਂ ਨੂੰ ਲਿਖਣੀਆਂ ਆਉਂਦੀਆਂ। ਹੁਣ ਇਸ ਕਨਫਿਗਰੇਸ਼ਨ ਤੋਂ ਜੇ ਆਪਾਂ ਦੇਖੀਏ ਟਾਈਟੇਨੀਅਮ 3 ਪੋਜ਼ਿਟਿਵ ਦੀ, ਤਾਂ 3d1 ਕਿੰਨੇ ਅਨਪੇਅਰਡ ਇਲੈਕਟ੍ਰੋਨਸ ਹੈ? 1। ਜੇ ਆਪਾਂ ਹੁਣ 1 ਨੂੰ ਇਸ ਫਾਰਮੂਲਾ ਦੇ ਵਿੱਚ ਪੁੱਟ ਕਰੀਏ, ਫਾਰਮੂਲਾ ਹੈ ਆਪਣਾ ਅੰਡਰ ਰੂਟ ਮਿਊ ਇਜ਼ ਇਕੁਅਲ ਟੂ ਅੰਡਰ ਰੂਟ ਐਨ, ਜਿਹੜੀ ਆਪਣੀ 1 ਹੈ, ਐਨ ਪਲੱਸ 2। ਸੋ ਕੁੱਲ ਮਿਲਾ ਕੇ ਆਪਣੇ ਕੋਲ ਕੀ ਬਣ ਗਿਆ? ਇੱਥੇ ਅੰਡਰ ਰੂਟ 3 ਆ ਗਿਆ, ਔਰ ਅੰਡਰ ਰੂਟ 3 ਦੀ ਵੈਲਿਊ ਹੁੰਦੀ ਹੈ 1.7। ਸੋ ਇੱਥੇ ਤੁਸੀਂ ਦੇਖ ਸਕਦੇ ਹੋ 1.73 ਮੈਗਨੈਟਿਕ ਮੂਵਮੈਂਟ ਆ ਗਈ। ਸੋ ਇਸਦੇ ਅਕੋਰਡਿੰਗਲੀ ਜੇ 3 ਹੈ ਐਨ ਸਪੋਜ਼ ਆਪਣੇ ਕੋਲੇ, ਸੋ ਅੰਡਰ ਰੂਟ ਜੇ ਆਪਾਂ ਇੱਥੇ ਕੱਢ ਕੇ ਦੇਖਣਾ ਚਾਹੀਏ, ਅੰਡਰ ਰੂਟ 3, 3 ਪਲੱਸ 2 5, ਠੀਕ ਹੈ। ਸੋ 5 ਇੰਟੂ 3 15, ਜਦੋਂ ਆਪਾਂ 15 ਦਾ ਅੰਡਰ ਰੂਟ ਕੱਢਾਂਗੇ ਤਾਂ 3.87 ਆਏਗਾ। ਸੋ ਇਸ ਤਰੀਕੇ ਨਾਲ ਆਪਾਂ ਮੈਗਨੈਟਿਕ ਮੂਵਮੈਂਟ ਜਿਹੜੀ ਹੈ ਉਹ ਫਰੋਮ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਕੈਲਕੂਲੇਟ ਕਰ ਸਕਦੇ ਹਾਂ। ਸੋ ਸਵਾਲ ਹੈ ਅਗਲਾ ਕਿ Fe2 ਪੋਜ਼ਿਟਿਵ ਔਰ Fe3 ਪੋਜ਼ਿਟਿਵ ਦੇ ਵਿੱਚੋਂ ਹਾਇਰ ਮੈਗਨੈਟਿਕ ਮੂਵਮੈਂਟ ਕਿੰਦਾ ਹੋਏਗਾ ਤੇ ਕਿਉਂ? ਹੁਣ ਆਇਰਨ ਜਿਹੜਾ ਹੈ ਉਹਦਾ ਨੰਬਰ ਹੁੰਦਾ ਹੈ 26। ਸੋ 26 ਦਾ ਮਤਲਬ ਕਨਫਿਗਰੇਸ਼ਨ 3d6 4s2 ਹੋਏਗੀ, ਔਰ Fe2 ਪੋਜ਼ਿਟਿਵ ਦੀ ਕਨਫਿਗਰੇਸ਼ਨ ਕੀ ਬਣੇਗੀ? ਇਹਦੇ ਵਿੱਚੋਂ ਦੇ 2 ਇਲੈਕਟ੍ਰੋਨ ਯਾਨੀ ਕਿ ਆ ਵਾਲੇ ਚਲੇ ਗਏ, ਸੋ 3d6। ਜਦੋਂ ਆਪਾਂ 3d6 ਦੇ ਵਿੱਚ ਲਾਈਕ ਫਿਲਿੰਗ ਕਰਕੇ ਦੇਖਦੇ ਹਾਂ, 1 2 3 4 6, ਓਕੇ, ਸੋ 1 2 3 4 5 ਔਰ 6, 4 ਅਨਪੇਅਰਡ ਇਲੈਕਟ੍ਰੋਨਸ ਆਰ ਦੇਰ। ਤੇ ਜਦੋਂ ਆਪਾਂ Fe3 ਪੋਜ਼ਿਟਿਵ ਦੇਖਦੇ ਹਾਂ ਤਾਂ ਇਹਦੇ ਵਿੱਚ ਆਪਣੇ ਕੋਲੇ ਲੈਟ ਅਸ ਸੀ ਕਿੰਨੇ ਅਨਪੇਅਰਡ ਇਲੈਕਟ੍ਰੋਨਸ ਆ ਰਹੇ ਹਨ, 1 2 3 4 5। ਸੋ ਇੱਥੇ ਆਪਾਂ 4 ਅਨਪੇਅਰਡ ਇਲੈਕਟ੍ਰੋਨਸ ਦੇ ਅਕੋਰਡਿੰਗਲੀ ਮਿਊ ਦਾ ਫਾਰਮੂਲਾ ਕੀ ਬਣੇਗਾ? 4 4 + 2, ਔਰ ਇੱਥੇ ਕੀ ਬਣ ਜਾਏਗਾ? 5 5 + 2। ਸੋ ਇੱਥੇ ਆਪਣੇ ਕੋਲੇ ਵੈਲਿਊ ਆ ਗਈ ਅੰਡਰ ਰੂਟ 24, ਔਰ ਇੱਥੇ ਆਪਣੇ ਕੋਲੇ ਵੈਲਿਊ ਆ ਗਈ ਅੰਡਰ ਰੂਟ 35। ਸੋ ਰੂਟ ਕੱਢ ਕੇ ਸਾਡੇ ਕੋਲੇ ਵੈਲਿਊ ਆ ਜਾਂਦੀ ਹੈ 4.90 ਤੇ ਇੱਥੇ ਆ ਜਾਂਦੀ ਹੈ 5.92। ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਜ਼ਿਆਦਾ ਅਨਪੇਅਰਡ ਇਲੈਕਟ੍ਰੋਨਸ ਹੋਣਗੇ ਉਨੀ ਜ਼ਿਆਦਾ ਮੈਗਨੈਟਿਕ ਮੂਵਮੈਂਟ ਹੋਏਗੀ, ਜਿੰਨੀ ਜ਼ਿਆਦਾ ਮੈਗਨੈਟਿਕ ਮੂਵਮੈਂਟ ਹੋਏਗੀ ਉਨਾ ਹੀ ਪੈਰਾ ਮੈਗਨੈਟਿਕ ਕਰੈਕਟਰ ਜ਼ਿਆਦਾ ਹੋਏਗਾ। ਸੋ ਆਈ ਹੋਪ ਬੇਟਾ ਕਿ ਅੱਜ ਦੇ ਇਸ ਲੈਕਚਰ ਵਿੱਚੋਂ ਤੁਹਾਨੂੰ ਡੀ ਬਲੋਕ ਐਲੀਮੈਂਟਸ ਦੀ ਗਰਾਊਂਡ ਸਟੇਟ ਕਨਫਿਗਰੇਸ਼ਨ ਲਿਖਣੀ ਆਵੇ, ਸਾਨੂੰ ਆਇਨਿਕ ਕਨਫਿਗਰੇਸ਼ਨ ਲਿਖਣੀ ਆ ਜੇ, ਫਿਰ ਅਸੀਂ ਜੇ ਅਨਪੇਅਰਡ ਇਲੈਕਟ੍ਰੋਨਸ ਹੈ ਤਾਂ ਕਹਿ ਸਕਦੇ ਹਾਂ ਕਿ ਕੰਪਾਊਂਡ ਕਲਰਡ ਹੋਏਗਾ ਤੇ ਇਹਦੀ ਪੈਰਾ ਮੈਗਨੈਟਿਕ ਬਿਹੇਵੀਅਰ ਹੋਏਗਾ, ਅਸੀਂ ਇਹਦੀ ਮੈਗਨੈਟਿਕ ਮੂਵਮੈਂਟ ਵੀ ਕੱਢ ਸਕਦੇ ਹਾਂ। ਬੇਟਾ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੋਂ ਇਹਦੇ ਨੋਟਸ ਵੀ ਲੈ ਸਕਦੇ ਹੋ, ਔਰ ਇਹ ਜਿਹੜੀਆਂ ਟ੍ਰਿਕਸ ਹੈ ਤੁਸੀਂ ਜੇ ਇਸ ਪਲੇਲਿਸਟ ਦੀ ਫਸਟ ਵੀਡੀਓ ਦੇ ਨੋਟਸ ਦੇ ਨਾਲ ਇਹਨੂੰ ਕੋਰੀਲੇਟ ਕਰੋਗੇ, ਦੈਨ ਯੂ ਵਿਲ ਫਾਈਂਡ ਟੂਡੇਜ਼ ਵੀਡੀਓ ਮੋਰ ਯੂਸਫੁਲ। ਹੋਪ ਯੂ ਇੰਜੋਏ ਲਰਨਿੰਗ ਕੈਮਿਸਟਰੀ। ਥੈਂਕ ਯੂ।